ਰਣਜੀਤ ਸਿੰਘ ਢੱਡਰੀਆਂਵਾਲਾ ਨੇ ਹਾਲਾਂਕਿ ਸਟੇਜਾਂ ਲਾਉਣੀਆਂ ਬੰਦ ਕਰ ਦਿੱਤੀਆਂ ਨੇ ਪਰ ਹੁਣ ਢੱਡਰੀਆਂਵਾਲਾ ਦੇ ਸਮਰਥਕ ਉਹਨਾਂ ਦੇ ਹੱਕ 'ਚ ਉਤਰ ਪ੍ਰਦਰਸ਼ਨ ਕਰ ਰਹੇ ਨੇ ਅਤੇ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ। ਅੰਮ੍ਰਿਤਸਰ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਗਿਆ ਅਤੇ ਅਸਿੱਧੇ ਰੂਪ ਵਿੱਚ ਵੱਡੇ ਧੜੇ ਖਿਲਾਫ ਭੜਾਸ ਕੱਢਦੇ ਦਿਖਾਈ ਦਿੱਤੇ। ਸਾਨੂੰ ਇਸ ਤੋਂ ਬਚਿਆ ਜਾਵੇ, ਲਾਈਵ ਵਿਚਾਰ ਜ਼ਰੂਰੀ ਹੈ, ਲਾਈਵ ਵਿਚਾਰ ਜ਼ਰੂਰੀ। ਭਾਈ ਸਾਹਿਬ ਨੂੰ ਬੇਨਤੀ, ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਲਾਈਵ ਵਿਚਾਰ ਜ਼ਰੂਰ ਕਰਨ। ਗਲਤ ਸਰ ਕੁਛ ਨਹੀਂ ਹੈ, ਇੱਕ ਸੋਚ ਗਲਤ ਇਨਸਾਨ ਦੀ। ਕਿਹਨਾਂ ਦੀ? ਇਨਸਾਨ ਦੀ। ਕਿਹੜੇ ਇਨਸਾਨ ਦੀ? ਇਨਸਾਨ ਦੀ ਸੋਚ ਗਲਤ ਹੋਣ ਦੇ ਬਾਵਜੂਦ ਮੈਂ ਕਹਿੰਦਾ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਲਾਈਵ ਬੈਠਣ, ਲਾਈਵ ਵਿਚਾਰ ਕਰਨ। ਜੋ ਸਾਡੇ ਵਿਵਾਦ ਬਣੇ ਖਤਮ ਤਾਂ ਹੀ ਹੋਣਾ ਜੇ ਲਾਈਵ ਬੈਠਾਂਗੇ। ਬੰਦ ਕਮਰੇ 'ਚ ਮੀਟਿੰਗ ਨਹੀਂ ਹੋਣੀ, ਨਹੀਂ ਹੋਣੀ ਲਾਈਵ। ਲਾਈਵ ਕਰਨੀ ਚਾਹੁੰਦੇ ਆਪਾਂ ਲਾਈਵ ਕਰਨੀ ਮੀਟਿੰਗ, ਲਾਈਵ ਵਿਚਾਰ ਹੋਵੇ, ਜੋ ਵੀ ਵਿਚਾਰ ਹੋਵੇ ਲਾਈਵ ਹੋਵੇ। ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਹੱਕ 'ਚ ਆਏ ਹਾਂ ਜੀ ਸਾਰੀ ਇਹ, ਅਤੇ ਅਸੀਂ ਇਹੀ ਕਹਿੰਦੇ ਹਾਂ ਵੀ ਜਿਹੜੇ ਵਾਰ ਵਾਰ ਵਿਚਾਰ ਕਰਦੇ ਸੀ ਵੀ ਵਿਚਾਰ ਨਹੀਂ ਕਰਦੇ, ਸੰਵਾਦ ਨਹੀਂ ਕਰਦੇ, ਉਹਨਾਂ ਨੇ ਖੁੱਲ੍ਹਾ ਚੈਲੰਜ ਦਿੱਤਾ ਅਮਰੀਕ ਸਿੰਘ ਅਜਨਾਲਾ ਨੂੰ ਅਤੇ ਜਹੇਦਾਰ ਜੀ ਨੂੰ ਬੇਨਤੀ ਕੀਤੀ ਆ, ਅਤੇ ਜਹੇਦਾਰ ਜੀ ਨੇ ਆਉਂਦਿਆਂ ਸਾਰੀ ਉੱਧਰੋਂ ਉਹਨੂੰ ਨਕਲੀ ਨਿਰੰਕਾਰੀਆ, ਜਦਕਿ ਅਜੇ 5 ਮੈਂਬਰੀ ਦੀ ਰਿਪੋਰਟ ਵੀ ਨਹੀਂ ਆਈ, ਅਤੇ ਆਪਣੇ ਇਹ ਵੀ ਕਹਿ ਦਿੱਤਾ ਕਿ ਕੁਝ ਲੋਕ ਉਹਨਾਂ ਨੂੰ ਨਕਲੀ ਨਿਰੰਕਾਰੀਆ ਸਾਬਤ ਕਰਨਾ ਚਾਹੁੰਦੇ ਨੇ। ਇਹ ਆਪਣੇ ਕੋਲੋਂ ਨਾ ਕਰ, ਸੰਗਤ ਦੇ ਵਿੱਚ ਸਾਹਮਣੇ ਆਓ, ਸੰਗਤ ਚੈਨਲਾਂ 'ਤੇ ਟੀ ਵੀ 'ਤੇ ਗੁਰਬਾਣੀ ਆ ਸਕਦੀ ਆ, ਵਿਰੋਧ ਟੀ ਵੀ ਚੈਨਲਾਂ 'ਤੇ ਹੋ ਸਕਦਾ ਹੈ, ਸੰਵਾਦ ਕਿਉਂ ਨਹੀਂ ਹੋ ਸਕਦਾ? 5 ਮੈਂਬਰੀ ਪਤਾ ਹੀ ਹੈ ਜੀ ਕਿੰਨਾਂ ਦੀ ਬਣਾਈ ਹੋਈ ਆ, ਇੱਕ ਪਾਸੇ ਦੀ ਉੱਧਰ ਮਤਲਬ ਵੱਡੀਆਂ ਅਤੇ ਰਾਹ ਨੇ। ਜਥੇਦਾਰ ਜੀ ਨੂੰ ਭਾਈ ਸਾਹਿਬ ਨੇ ਕਿਹਾ ਤੂੰ ਇੱਕ ਵਾਰੀ ਕਹਿ ਦੇ ਕਿ ਛਬੀਲ ਲਾ ਕੇ ਬੰਦਾ ਮਾਰਨਾ ਗਲਤ ਆ, ਮੈਂ ਡੰਡੋਤਾਂ ਕਰ ਦੇਵਾਂਗਾ। ਅੱਜ ਉਸ ਗੱਲ ਨੂੰ 1 ਮਹੀਨਾ ਹੋ ਗਿਆ ਦੀਵਾਨ ਦੇ ਵਿੱਚ ਕਹੇ ਨੂੰ, ਅਜੇ ਤੱਕ ਇੱਕ ਵੀ ਜਹੇਦਾਰ ਦੇ ਮੂੰਹ ਇਹ ਬਿਆਨ ਨਹੀਂ ਆਇਆ। ਇੱਕ ਪਾਸੇ 'ਤੇ ਉਹਨਾਂ ਨੂੰ ਬੜਾਵਾ ਦੇ ਰਹੇ ਨੇ ਅਤੇ ਇੱਧਰਲੇ ਬੰਨੇ ਦਬਾਇਆ ਜਾ ਰਿਹਾ, ਹੋਰ ਦਬਾਇਆ ਜਾ ਰਿਹਾ ਹੈ, ਜਦਕਿ ਬਰਾਬਰ ਨਹੀਂ ਤੋਲਿਆ ਜਾ ਰਿਹਾ। ਬਸ ਵੱਡੀਆਂ ਧਿਰਾਂ 'ਚ ਡਰ ਲੱਗਦਾ, ਸਵੇਰੇ ਛੁੱਟੀ ਕਰਦੇ, ਹੋਰ ਕੋਈ ਨਹੀਂ ਕਰਦਾ, ਸੰਗਤ ਨਹੀਂ ਕਰਦੀ। ਪਿੰਡਾਂ 'ਚ ਜਾ ਕੇ ਸਰਵੇ ਕਰਵਾ ਲਓ, ਨੌਜਵਾਨ ਸਭ ਯੂਥ ਸੁਣਨਾ ਚਾਹੁੰਦੇ, ਸੰਪਰਦਾਵਾਂ ਵਾਲੇ ਬਾਬੇ ਉਹ ਵਿਰੋਧ ਕਰਦੇ ਆ ਜੀ। ਭਾਈ ਸਾਹਿਬ ਇੱਕ ਨਵੀਂ ਵਿਚਾਰਧਾਰਾ ਲਿਆ ਸੀ, ਅੱਜ ਘੱਟ ਤੋਂ ਘੱਟ ਸੀਟੀਆਂ ਲੈ ਕੇ ਆਏ ਹਾਂ ਭਾਈ ਸਾਹਿਬ ਦੀ, ਹੁਣ ਵੰਡਾਂਗੇ ਆਪ ਜੀ ਦੇ ਸਾਹਮਣੇ। ਉਹ ਸੀਟੀਆਂ ਦੇ ਵਿੱਚ ਆਪ ਲੈ ਜਾਓ, ਇਕੱਲਾ 1 ਵੀ ਐਸੀ ਉਹਦੇ ਵਿੱਚ ਕੱਢ ਦਿਓ ਵੀ ਵਿੱਚ ਆ ਉੱਥੇ ਗਲਤ ਬੋਲਿਆ ਗਿਆ ਹੈ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਿਚਾਰਧਾਰਾ ਇੱਕ ਸਿੱਖੀ ਇੱਕ ਨਵੀਂ ਸੋਚ ਲਿਆਂਦੀ, ਉਸ ਸੋਚ ਨੂੰ ਗੁਰੂ ਸਾਹਿਬ ਦੇ 10 ਸਰੂਪ ਸੀ ਜਦੋਂ ਤੱਕ, ਉਦੋਂ ਤੱਕ ਉਹ ਸੋਚ ਸਹੀ ਸੀ, 250 ਸਾਲ ਤੱਕ ਸਹੀ ਸੀ, ਉਸ ਤੋਂ ਬਾਅਦ ਉਸ ਸੋਚ 'ਤੇ ਪੁਜਾਰੀਵਾਦ ਦਾ ਕਬਜ਼ਾ ਹੋ ਗਿਆ। ਜੋ ਗੁਰਬਾਣੀ ਦੀ ਵਿਆਖਿਆ ਜਿਹੜੀ ਹੈ ਉਹ ਬਿਲਕੁਲ ਗਲਤ ਕੀਤੀ ਗਈ, ਜਿਹੜੀ ਗੁਰਬਾਣੀ ਦੀ ਵਿਆਖਿਆ ਉਹ ਗਲਤ ਡਿਲੀਵਰ ਕੀਤੀ ਗਈ, ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ, ਪਰ ਭਾਈ ਸਾਹਿਬ ਨੇ ਆਪਣਾ ਦਿਮਾਗ ਖੋਲ੍ਹਿਆ ਇਸ ਪਾਸੇ, ਔਰ ਭਾਈ ਸਾਹਿਬ ਨੇ ਨਾਨਕ ਦੀ ਜੋ ਵਿਚਾਰਧਾਰਾ, ਭਾਈ ਸਾਹਿਬ ਨੇ ਜੋ ਨਾਨਕ ਦੀ ਅਸਲ ਵਿਚਾਰਧਾਰਾ ਉਹ ਸੰਗਤਾਂ ਦੇ ਸਾਹਮਣੇ ਰੱਖੀ, ਅਤੇ ਜਿਸ ਨੂੰ ਸੁਣਨ ਲਈ ਅਸੀਂ ਸਾਰੇ ਅੱਜ ਇਕੱਠੇ ਹੋਇਆਂ ਕਿ ਵੀ ਉਹ ਵਿਚਾਰਧਾਰਾ ਰੁਕਣੀ ਨਹੀਂ ਚਾਹੀਦੀ, ਪਰ ਅੱਜ ਦੀਆਂ ਸੰਪਰਦਾਵਾਂ ਨੇ, ਸਰਕਾਰਾਂ ਨੇ, ਜਥੇਦਾਰਾਂ ਨੇ ਮਾਹੌਲ ਇਵੇਂ ਦਾ ਬਣਾਤਾ ਜਿਸ ਨੂੰ ਲੈ ਕੇ ਭਾਈ ਸਾਹਿਬ ਨੂੰ ਆਪਣਾ ਪ੍ਰਚਾਰ, ਭਾਈ ਸਾਹਿਬ ਨੇ ਪ੍ਰਚਾਰ ਇਸ ਲਈ ਬੰਦ ਕੀਤਾ ਕਿ ਵੀ ਕੋਈ ਜਿਸ ਤਰ੍ਹਾਂ ਸੰਪਰਦਾਵਾਂ ਹੋਰ ਮੁਖੀ ਭਾਈ ਸਾਹਿਬ ਨੂੰ ਥ੍ਰੈਟ ਕਰ ਰਹੇ ਨੇ, ਗੁੰਮਰਾਹ ਕਰ ਰਹੇ ਨੇ ਕਿ ਵੀ ਅਸੀਂ ਆਪਣਾ ਬੰਦੇ ਮਾਰ ਦਾਂਗੇ, ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ, ਕਿ ਵੀ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਜਾਵੇ। ਭਾਈ ਸਾਹਿਬ ਨੇ ਇਹ ਵੀ ਕਿਹਾ ਕਿ ਵੀ ਮੇਰਾ ਵਿਰੋਧੀ ਵੀ ਇੱਕ ਵੀ ਬੰਦਾ ਕਿਉਂ ਮਰੇ ਇਸ ਗੱਲ ਨੂੰ ਲੈ ਕੇ, ਇਸ ਚੀਜ਼ ਨੂੰ ਉਹਨਾਂ ਨੇ ਟਕਰਾਅ ਤੋਂ ਬਚਾਉਣ ਕਰਕੇ ਉਹਨਾਂ ਨੇ ਪ੍ਰਚਾਰ ਬੰਦ ਕੀਤਾ ਜੀ। ਪਰ ਅਕਾਲ ਤਖ਼ਤ ਤੇ ਪੇਸ਼ ਨਹੀਂ ਹੋਣਗੇ, ਕਿਉਂਕਿ ਅਕਾਲ ਤਖ਼ਤ ਜਿਹੜਾ ਹੈਗਾ ਇੱਕ ਬਿਲਡਿੰਗ ਹੈ, ਇੱਕ ਬਿਲਡਿੰਗ ਬੋਲਦੀ ਨਹੀਂ, ਉਸ 'ਤੇ ਜਿਹੜੇ ਬੰਦੇ ਬੈਠੇ ਨੇ ਉਹ ਬੋਲ ਰਹੇ ਨੇ। ਜਿੱਦਾਂ ਅਸੀਂ ਨਹੀਂ, ਅਕਾਲ ਤਖ਼ਤ ਦਾ ਮਤਲਬ ਹੈ ਇੱਕ ਅਕਾਲ ਤਖ਼ਤ ਦਾ ਸੰਵਿਧਾਨ ਜੋ ਗੁਰੂ ਮਹਾਰਾਜ ਨੇ ਘੜਿਆ, ਅੱਜ ਉਸ ਸੰਵਿਧਾਨ 'ਤੇ ਅੱਜ ਦੇ ਜਥੇਦਾਰ ਪੈਰਾਂ ਨਹੀਂ ਦੇ ਰਹੇ। ਅਸੀਂ ਜਥੇਦਾਰ ਨੂੰ ਨਕਾਰ ਰਹੇ ਹਾਂ, ਅਸੀਂ ਅਕਾਲ ਤਖ਼ਤ ਨੂੰ ਨਹੀਂ ਨਕਾਰ ਰਹੇ।